ਮਾਮਲਾ ਤੇ ਜਿਹੜੇ ਹੁੰਦੇ ਨਾ ਇਹ ਮੁਕੱਦਰਾਂ ਦੀ ਖੇਡ ਹੁੰਦੀ ਆ। ਓ ਯਾਰ ਮੁਕੱਦਰਾਂ ਦੀ, ਲੇਕਿਨ ਤੂੰ ਤੇ ਮੇਰਾ ਯਾਰ ਸੀ, ਤੈਨੂੰ ਤੇ ਉਸ ਸਾਰੇ ਮਾਮਲਾਤ ਦਾ ਪਤਾ ਸੀ ਨਾ। ਓ ਯਾਰ ਮੈਨੂੰ, ਮੈਂ ਵਿੱਚ ਵੜ ਕੇ ਵੇਖਿਆ ਉਹਨਾਂ ਦੇ। ਤੂੰ ਕਿਹਾ ਜੀ ਕੁੜੀ ਦਾ ਭਰਾ ਕੋਈ ਨਹੀਂ, ਹੁਣ ਉਹ 7-8 ਭਰਾ ਕਿੱਥੋਂ ਨਿਕਲ ਆਏ ਆ? ਤੂੰ ਕਹਿੰਦਾ ਸੀ ਬੜੇ ਸਹਿਬੇ ਹਸੀਅਤ ਆ, ਇਹ ਉਹ ਆ ਕੁੜੀ ਪੜ੍ਹੀ ਲਿਖੀ, ਉਹਨੂੰ ਤੇ ਅਲਫ ਤੋਂ ਬੇ ਨਹੀਂ ਆਉਂਦੀ। ਯਾਰ ਉਦੋਂ ਨਹੀਂ ਸੀ ਬੋਲਦੇ ਆਪਸ ਦੇ ਵਿੱਚ, ਉਹਨਾਂ ਦੀ ਕੋਈ ਲੜਾਈ ਹੋਈ ਸੀ। ਮੈਂ ਕਿਹਾ ਮੈਨੂੰ ਉਹਨਾਂ ਨੇ ਕਿਹਾ ਜੀ ਬੱਚੀ ਮਾਸ਼ਾਅੱਲਾ ਜੀ 21 ਸਾਲ ਉਮਰ ਆ ਔਰ ਪੜ੍ਹੀ ਲਿਖੀ ਹੈ, ਅੱਛੀ ਕੁੜੀ ਹੈ ਸਾਰੀ ਜ਼ਿੰਦਗੀ। ਮੈਂ ਉਹਨੂੰ ਕਿਹਾ ਯਾਰ ਮੁੰਡਾ ਮਿਹਨਤੀ ਹੈਗਾ ਆ ਭਾਈ, ਕਾਰੋਬਾਰ ਕਰਦਾ ਆ, ਉਹਨਾਂ ਨੂੰ ਦੱਸਿਆ ਉਹਨਾਂ ਨੂੰ ਪਸੰਦ ਆਇਆ, ਉਹਨਾਂ ਨੇ ਰਿਸ਼ਤਾ ਦੇ ਦਿੱਤਾ। ਉਹ ਨਹੀਂ ਕੁੜੀ, ਤੂੰ ਕੀ ਉਹਦਾ ਜ਼ਿਹਨੀ ਤਵਾਜ਼ਨ ਨਹੀਂ ਠੀਕ ਹੈਗਾ? ਫਿਰ ਤੁਸੀਂ ਪੂਰੇ ਵਿਆਹ ਦੇ ਵਿੱਚ ਉਹਦੀ ਐਨਕ ਨਹੀਂ ਲੱਥਣ ਦਿੱਤੀ। ਜਿੱਦਣ ਮੈਂ ਉਹਦੀ ਐਨਕ ਲਾਈ ਹੈ ਘਰ ਵਿਆਹ ਕੇ ਆਈਏ, ਜਦੋਂ ਐਨਕ ਲੱਥੀ ਹੈ ਤੇ ਉਹਦਾ ਖੱਬੀ ਸਾਈਡ ਦਾ ਡੇਲਾ ਜਿਹੜਾ ਉਹ ਹੀ ਪੱਥਰ ਦਾ। ਪੱਥਰ ਦਾ ਇਹਦੇ ਵਿੱਚ ਕਿਹੜੀ ਗੱਲ ਆ ਯਾਰ? ਆ ਤੂੰ ਹੁਣ ਜਾਂਦਾ ਜਾਂ ਬੱਸ 'ਚ ਵੱਜ ਜਾਵੇਂ, ਤੇਰੀ ਸਾਈਡ ਤੇਰੀ ਬਹਿ ਜਾਵੇ, ਇਹ ਅੱਲਾ ਦੇ ਕੰਮਾਂ 'ਚ ਦਖਲ ਦੇ ਸਕਦਾ? ਓਏ ਅੱਲਾ ਦੇ ਕੰਮਾਂ ਦੇ ਵਿੱਚ ਤੂੰ ਤੇ ਉਦੋਂ ਬੜੇ ਗੱਲਾਂ ਕਰਦਾ ਜਦੋਂ ਮੈਨੂੰ ਕੀ ਪਤਾ, ਮੇਰੇ ਸਾਹਮਣੇ ਤਾਂ ਘਰੋਂ ਦੇਣਾ ਵਾ ਉਹਨਾਂ ਦੀਆਂ ਇੰਨੀਆਂ ਸਿਫਤਾਂ ਤੇ ਇੰਨਾ ਕੁਝ। ਮੇਰੇ ਸਾਹਮਣੇ ਉਹਨੇ ਐਨਕ ਲਾਈ ਆ, ਉਹਨ ਮੈਂ ਕਹਾਂ ਕੁੜੀ ਐਨਕ ਲਾ, ਐਨਕ ਲਾ, ਐਨਕ ਤੇ ਅੱਜ ਕੱਲ ਆਮ ਫੈਸ਼ਨ ਬਣਿਆ ਹੈਗਾ, ਕਿਸੇ ਦੇ ਘਰ ਜਾਓ ਐਨਕ ਲੱਗੀ, ਕੁੜੀ ਨੂੰ ਵੀ ਲੱਗੀ, ਮੁੰਡੇ ਨੂੰ ਵੀ ਲੱਗੀ। ਯਾਰ 1 ਕਿਲੋ 200 ਦਾ ਭੇਜਣਾ ਤੇ ਨਾਲੇ ਕੋ ਕੁਰਸੀ ਦਿਓ ਡੇਲਾ, ਉਹਦਾ ਪੱਥਰ ਦਾ, ਉਹ ਜਿਹੜੀ ਕੋ ਉਹ ਮੈਨੂੰ ਕਿਸੇ ਟਾਈਮ ਭਾਜੀ ਵੀ ਕਹਿਣ ਲੱਗ ਪੈਂਦੀ, ਮਿੱਠਾ ਨਾ ਬਹੁਤਾ ਪਾਈਓ, ਮਿੱਠਾ ਬਹੁਤਾ ਨਾ ਪਾਈਓ। ਕੋਈ ਐਸੀ ਗੱਲ ਨਹੀਂ ਓ ਯਾਰ ਭਾਈ, 1 ਕਿਲੋ 200 ਦਾ ਓਏ ਉੱਥੇ ਜਾ ਕੇ ਲੈ ਲੈ, ਐਡੀ ਦੂਰੋਂ ਕੀ ਉਹਨੇ ਪੈਪ ਚ ਪਾ ਕੇ ਸੱਜਣਾ ਤੇਰੇ ਹਲ। ਤੂੰ ਤੇ ਐ ਯਾਰ ਸਵਾਰੀਆਂ ਬਿਠਾਉਣ ਡਿਆ, ਉਹਦਾ ਪਰੇ ਚੱਲ ਜਾ ਮੇਰਾ ਵੀਰ। ਬਰਫ਼ ਥੋੜੀ ਪਾਈਓ ਕਿ ਉਹ ਛਿਣਕਣ ਲੱਗਾ ਦੁੱਧ ਸੋਡਾ, ਇੱਥੇ ਤੈਨੂੰ ਐਡੀ ਦੂਰ ਪਹੁੰਚਾ ਦੇਣਾ ਉਹਨੇ। ਬਾਕੀ ਇਹ ਹੁਣ ਗੁਜ਼ਾਰਾ ਕਰ, ਉਹ ਗੁਜ਼ਾਰਾ ਮੈਂ ਕੀ ਕਰਾਂ ਯਾਰ, ਤੂੰ ਮੇਰੇ ਨਾਲ ਕੀਤੀ ਜਾਸਤੀ, ਘਰ ਦੇ ਕਿਸੇ ਫਰਦ ਦੀ ਇੱਜ਼ਤ ਉਹ ਨਹੀਂ ਕਰਦੀ ਜਿਹੜਾ ਕੋ ਅੱਬਾ ਜੀ ਕੋ ਕੰਮ ਕਹਿੰਦੇ, ਅੰਮੀ ਕੋ ਕੰਮ ਕਹਿੰਦੇ। ਤੇਰੇ ਘਰ ਦੇ ਯਾਰ ਫਰਦ ਵੀ ਤਾਂ 35-40 ਆ, 1-2 ਜਣੇ ਹੋਣ ਤੇ ਉਹ ਇੱਜ਼ਤ ਕਰ ਲਵੇ। ਕਿਉਂ ਮੇਰੇ ਇੰਨਿਆਂ ਨੂੰ ਇੱਜ਼ਤ ਕਰ ਲਵੇ ਯਾਰ? ਮੇਰਾ ਉਹ 9 ਦਾ ਭਰਾ ਆ ਤੁਸੀਂ, ਆ ਕੁਰਸੀ ਦੇ ਜਾਵਾਂ, ਇੰਨੇ ਤਾਂ ਬੰਦੇ ਵੈਸੇ ਨਹੀਂ ਘਰ ਜੀ ਪੂਰੇ ਲੱਗਦੇ। ਮੇਰਾ ਆਪਾ ਨਾਜ਼ਮ ਆ ਕਿ ਉਹਦੇ ਕੋ 24 ਘੰਟੇ ਰਸ਼ ਲੱਗਾ ਰਹਿੰਦਾ। 35 ਕੁਰਸੀ ਦੇਣਾ ਪਾ, ਕੁਰਸੀ ਪਾਜੀ ਬੈਠੇ ਮਹਿਮਾਨ ਆਉਣ ਵਾਲੇ, ਦੋਸਤ ਆਉਣ ਵਾਲੇ, ਮਹਿਮਾਨ ਦੋਸਤ ਆ ਰਹੇ। ਇਹ ਹੁਣ ਆਉਂਦਾ ਹੈ ਨਾ, ਉਹ ਹੁਣ ਤੇਰੇ ਨਾਲ ਆਣ ਕੇ ਉਹਨਾਂ ਨੇ ਗੱਲ ਕਰਨੀ ਹੈ ਸਾਰੀ। ਮੈਨਾਂ ਕਰ ਲੈਣ ਨੂੰ ਫਸਾਇਆ ਵਾ ਯਾਰ, ਮੈਂ ਕੋਈ ਫਰਾਡ ਤੇ ਨਹੀਂ ਕੀਤਾ। ਉਹ ਯਾਰ ਤੈਨੂੰ ਯਾਰ ਪਤਾ ਨਹੀਂ ਸੀ ਹੈਗਾ? ਮੈਨੂੰ ਕਿੱਦਾਂ ਪਤਾ ਯਾਰ, ਇੱਕ ਐਨਕ ਲਾਈ ਆ ਉਹਨੂੰ, ਕੁੜੀ ਨੂੰ ਐਂਦਾ ਐਨਕ ਫੜ ਕੇ ਲਾਵਾਂ, ਅਗਲੀ ਮੈਨੂੰ ਬਿਜ਼ਨਸ ਕਰ ਦੇਵੇ। ਨਹੀਂ ਆ ਰਿਹਾ ਭੈਣ, ਮਹਿਮਾਨ ਨਹੀਂ ਆ ਰਹੇ ਇਧਰ। ਓਏ ਆ ਰਹੇ ਓ ਭਰਾਵਾ, ਆ ਰਹੇ ਆ, ਨਜ਼ਰ ਤੇ ਨਹੀਂ ਆ ਰਹੇ। ਨਹੀਂ ਨਜ਼ਰ ਆ ਰਹੇ ਨਾ ਸਹੀ, ਤੇਰਾ ਰਿਸ਼ਤੇ ਤੇਰੇ ਨਾਲ ਕੋਈ ਦੁਸ਼ਮਣੀ ਹੈ ਸਾਡੀ ਯਾਰ? ਤੂੰ ਬਰਹਾ ਲੈ ਗੱਲ ਦੇ ਵਿੱਚ ਮੇਰੇ ਨਾਲ ਦੁਸ਼ਮਣੀ ਲਈ? ਨਹੀਂ ਮੈਂ ਨਹੀਂ ਦੁਸ਼ਮਣੀ ਲਈ ਹੈ। ਚਲੋ ਅੱਜ ਆਉਂਦੇ ਆ, ਗੱਲ ਤੈਅ ਕਰਨੀ ਆ, ਤੂੰ ਬੱਚੀ ਘਰ ਲੈ ਜਾ, ਇਧਰੋਂ ਆਉਣਾ ਜੀ, ਲੈਣੇ ਇਧਰੋਂ ਆਉਣਾ ਇਧਰ। ਓ ਯਾਰ ਥਪਰੇ ਹੋ ਜਾ, ਆਉਂਦੇ ਤੈਨੂੰ ਦੱਸ ਦਿੰਦੇ ਜਾ, ਤੂੰ ਲੈ ਰਹੀ ਦਿਮਾਗ ਖਾਦਾ ਹੈ। ਇਧਰਲੀ ਸਾਈਡ ਤੋਂ ਭੈਣ ਆਉਣਾ ਉਹਨਾਂ ਨੇ ਮਹਿਮਾਨਾਂ ਨੇ, ਇਧਰੋਂ ਆਉਣਾ ਇਧਰਲੀ ਸਾਈਡ। ਨਹੀਂ ਨਜ਼ਰ ਤਾਂ ਨਹੀਂ ਆ ਰਿਹਾ, ਤੇ ਹੁਣ ਇਹ ਆ ਕਿ ਸੁਲਾ ਕਰ। ਸੁਲਾ ਮੈਂ ਨਹੀਂ ਕਰਨੀ, ਉਹਦਾ ਇਲਾਜ ਕਰਾਣ, ਫਿਰ ਕੁਝ ਸੋਚਾਂਗੇ। ਉਹ ਇਲਾਜ ਯਾਰ ਕੀ 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 ਕਰ ਉਹ ਯਾਰ ਉਹ ਪਾਗਲ ਆ, ਮੈਨੂੰ ਭਾਜੀ ਕਹੀ ਜਾਂਦੀ ਹੈ, ਤੇਰੀ ਬੁੱਢੀ ਤੈਨੂੰ ਭਾਜੀ ਕਹਿੰਦੀ ਹੈ? ਭਾਜੀ ਦੀ ਸੱਟ ਲੱਗਦੀ ਆ। ਕਿੱਦਾਂ ਦੇ ਕੱਪੜੇ ਪਾਏ ਉਹਨਾਂ ਨੇ ਜਿਨ੍ਹਾਂ ਨੇ ਆਉਣਾ? ਉਹ ਯਾਰ ਸਾਨੂੰ ਨਹੀਂ ਪਤਾ ਤੂੰ ਕਿਹੜੇ ਅਜ਼ਾਬ 'ਚ ਪੈ ਗਿਆ, ਮੈਂ ਤੇ ਅੱਗੇ ਹੀ ਬੜਾ ਫਸਿਆ ਵਾਂ। ਕਿੱਦਾਂ ਦੇ ਕੱਪੜੇ ਪਾਏ ਉਹਨਾਂ ਨੇ? ਹੈ ਉਹ ਯਾਰ ਸਾਨੂੰ ਕੀ ਪਤਾ, ਅਗਲੇ ਤਾਂ ਘਰੋਂ ਆਉਣ ਡਏ ਆ, ਅਸੀਂ ਸਾਨੂੰ ਅਸੀਂ ਘਰ ਬੈਠੇ ਕੱਪੜਿਆ ਜੀ ਆਉਣਾ ਵਾ ਉਹਨਾਂ ਨੇ, ਕਿਹੜਾ ਲਾਸ਼ਾ ਧੋਤੀ ਹੈ ਸਾਡੀ ਦੁਕਾਨ ਤੋਂ ਕੱਪੜੇ ਲੈ ਕੇ ਪਾਉਣੇ ਉਹਨਾਂ ਨੇ। ਹੁਣ ਭਾਈ ਜਿੱਦਾਂ ਵੀ ਇਸ ਗੱਲ ਦੀ ਸੁਲਾ ਕਰ। ਭਾਈ ਜੀ ਮੈਂ ਸੁਲਾ ਨਹੀਂ ਕਰਨੀ, ਤੁਸੀਂ ਉਹਨਾਂ ਦਾ ਫਰਨੀਚਰ ਚੱਕੋ ਤੇ ਮੇਰੇ ਜਾਣੇ ਛੱਡੋ। ਕਿੰਨੇ ਜਾਣੇ ਨੇ ਭਾਈ? ਮੇਰੀ ਮਾਫ, ਮੈਨੂੰ ਮਾਫ ਕਰ ਦੇ, ਮੈਨੂੰ ਮਾਫ ਕਰ ਦੇਣਾ, ਮੈਨੂੰ ਮਾਫ ਕਰ। ਉਹ ਤੂੰ ਵੀ ਮਾਫ ਕਰ ਦੇ, ਕਿੰਨੇ ਜਾਣੇ ਆ? ਜਾ ਯਾਰ ਕੰਮ ਕਰ ਤੂੰ, ਗੱਲ ਕੋ ਹੋਰ ਚੱਲਣ ਦੀ, ਤੂੰ ਵਿੱਚ ਆਪਣੀ ਗੱਲ ਹੀ ਫਸਾਈ ਆ। ਕਿੰਨੇ ਜਣੇ ਆ? 19 ਜਣੇ ਆ। ਤੂੰ ਸਮਾਨ ਬਾਹਰ ਕਢਾਉਣਾ ਆ? ਕਿੰਨੇ ਜਣੇ ਆ? ਕਿੰਨੇ ਜਣੇ ਆ? ਕਿ ਤੇਰਾ ਦੁੱਧ ਸੋਡਾ ਆਣ ਕੇ ਉਹਨਾਂ ਨੇ ਉੱਥੋਂ ਫੜ ਕੇ ਲਿਆਉਣਾ, ਕਿੰਨੇ ਜਣੇ ਆ? ਨਹੀਂ ਤੁਸੀਂ ਕਹਿ ਰਹੇ ਇਧਰੋਂ ਆ ਰਹੇ ਆ, ਨਹੀਂ ਆ ਰਹੇ ਯਾਰ, ਇਧਰੋਂ ਪਤਾ ਨਹੀਂ ਕਿਧਰੋਂ ਆਉਣਾ ਉਹਨਾਂ ਨੇ, ਚਾਰ ਚਪੇਰੇ ਰਸਤੇ ਹੀ ਆ। ਜਾ ਯਾਰ ਦਿਮਾਗ ਨਾਲ ਤੁਸੀਂ ਇੱਕ ਗੱਲ ਕਰੋ ਨਾ, ਇਧਰੋਂ ਆ ਰਹੇ ਕਿ ਇਧਰੋਂ ਆ ਰਹੇ? ਇਧਰੋਂ ਆ ਰਹੇ ਆ। ਲੇਟ ਹੋ ਗਏ, ਲੇਟ ਹੋ ਗਏ। ਤੁਸੀਂ ਆਪਣੇ ਘਰ ਲੈ, ਤੁਸੀਂ ਆਈ ਟਰੱਕ ਲਿਆਓ, ਸਮਾਨ ਲੱਦੋ ਤੇ ਲੈ ਜਾਓ। ਭੈਣ ਆ ਨਹੀਂ ਰਹੇ ਉਹ ਜਿਹੜੇ ਦੋਸਤ ਤੁਸੀਂ ਕਹਿ ਰਹੇ। ਓ ਯਾਰ ਆ ਜਿਹੜੇ ਤੇਰੀ 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 ਮੋਟਰਸਾਈਕਲ ਆ ਉਹਨਾਂ ਕੋ, ਤੇ ਭੈਣ ਕੁਰਸੀ ਦੇ ਦਿਓ, ਅਸੀਂ ਵੀ ਬਹਿ ਜਾਈਏ। ਕੁਰਸੀ ਕਾਲੀ ਦੇ ਦਿਓ, ਕੁਰਸੀ ਕਾਲੀ ਦੇ ਦਿਓ, ਉੱਥੇ ਜਾ ਕੇ ਲੈ ਜਾ ਦੋ ਸੋਡਾ ਬਣਵਾਇਆ। ਕੌਣ ਆਉਣ ਡਿਆ? ਆਉਣ ਤਾਂ ਡਏ ਨਹੀਂ, ਆ ਵੀ ਅਸੀਂ ਦਰਖਤ ਤੇ ਮਹਿਮਾਨ ਬਿਠਾਉਣੇ ਆ, ਆਉਣ ਡਏ ਆ ਉਹ। ਕਿੱਧਰੋਂ ਆਉਣ ਡਿਆ? ਕਿੱਧਰੋਂ ਤੈਨੂੰ ਦੱਸਦੇ, ਚੱਲ ਉਧਰ ਕੰਮ ਕਰ ਜਾ ਕੇ। ਮਿੰਟ ਬਾਅਦ ਕੁਰਸੀ ਦੇ, ਮਿੰਟ ਬਾਅਦ ਕੁਰਸੀ ਦੇ, ਤੇਰੀ ਸਾਈਡ ਬੈਠੀ ਆ। ਨਹੀਂ ਆਉਣ ਡਿਆ? ਆ ਵੇ ਫੋਨ ਆ ਗਿਆ ਉਹਦਾ, ਪੁੱਛ ਕਿੱਥੇ ਆ ਯਾਰ। ਹੈਲੋ, ਓਏ ਆ ਜਾ ਯਾਰ, ਉਹ ਤਾਂ ਚਾਹ ਠੰਡੀ ਹੋ ਗਈ ਆ ਬਣਵਾਈ, ਇਹ ਤਾਂ ਤੁਸੀਂ ਚੰਗੇ ਬੰਦੇ ਆ ਯਾਰ। ਇੰਨੀ ਗਰਮੀ ਹੈ, 200 ਡਾ ਪੀਓ, ਚਾਹ ਪੀਣ ਨਾ ਤੁਸੀਂ। ਆਜੋ
ਮੈਂਟਕ ਬਾਰ ਕੁਰਸੀ ਮੈਂਟਕ ਬਾਰ ਕੁਰਸੀ ਕਿੱਧਰੋਂ ਆਉਣ ਡਿਆ ਜਿੱਧਰ ਮਰਜ਼ੀ ਆਉਂਦਾ ਕਿੱਧਰੋਂ ਉਹਨਾਂ ਨੇ ਆਉਣਾ ਆਉਣ ਡਿਆ ਜਾ ਕੰਮ ਕਰ ਆਪਣਾ ਜਾ ਕੇ ਯਾਰ ਨਹੀਂ ਆਉਣ ਡਿਆ ਨਾ ਓ ਯਾਰ ਤੇ ਆ ਜਾਣਗੇ ਤੈਨੂੰ ਕੀ ਤੰਗੀ ਆ ਭਰਾਵਾ ਨਹੀਂ ਤੂੰ ਕਹਿਣ ਡਿਆ ਆਉਣ ਡਿਆ ਉਹ ਤੇ ਆਉਣ ਡਿਆ ਹੁਣ ਫੋਨ ਤੇ ਗੱਲ ਹੋਈ ਆ ਉਹ ਕਹਿੰਦੇ ਆਉਣ ਡਿਆ ਉਰੇ ਉਹ ਕਿੱਧਰ ਲਈ ਜਾ ਰਿਹਾ ਓ ਇੱਕ ਮਿੰਟ ਭਾਈ ਦੇਖ ਆਉਣ ਡਿਆ ਦੇਖ ਆਓ ਵੇਖ ਕਿੱਥੇ ਉਹ ਮੋਟਰਸਾਈਕਲ ਤੇ ਬੰਦੇ ਹੀ ਆਉਣ ਡਿਆ ਸ਼ਾਇਦ ਉਹ ਆਪਣੇ ਹੀ ਹੋਣ ਨਹੀਂ ਉਹ ਤੇਰੇ ਵਾਲੇ ਆ ਸ਼ਾਇਦ ਹੁਣ ਐਡੀ ਦੂਰੋਂ ਮੈਂ ਇੱਥੇ ਖੜਾ ਰਹਿ ਇੱਕ ਮਿੰਟ ਓ ਜਾ ਯਾਰ ਕੰਮ ਕਰ ਨਾ ਕਰੀ ਕੋਈ ਲੰਘ ਚੱਲੇ ਆ ਲੰਘ ਚੱਲੇ ਲੰਘ ਜਾਂਦੇ ਓਏ ਉਹ ਤਾਂ ਲੰਘ ਆਇਆ ਉਹ ਤੇਰੀ ਜੁੱਤੀ ਪਾ ਗਏ ਆ ਤੈਨੂੰ ਕਾਹਦੀ ਟੈਨਸ਼ਨ ਆ ਨਹੀਂ ਤੁਸੀਂ ਵੇ ਕੁਰਸੀ ਦਿਓ ਮੈਨੂੰ ਕੁਰਸੀ ਕਾਹਦੀ ਦਈ ਆ ਮਹਿਮਾਨ ਆਉਣ ਵਾਲਾ ਜਾ ਜਦ ਕੋ 200 ਦਾ ਬਣਵਾਇਆ ਉਸ ਕੋ ਜਾ ਕੇ ਕੁਰਸੀ ਲੈ ਇੱਕ ਤੇ ਤੂੰ ਸਾਡੇ ਸਰਾਣੇ ਕਾਂ 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 ਕਰਨਨੇ ਆ ਉਹ 200 ਦਾ ਤੂੰ ਉੱਥੇ ਜਾ ਕਹਿਣਾ ਕਿੱਥੇ ਕਹਿਣਾ ਕਿੱਦਾਂ ਦੇ ਕੱਪੜੇ ਪਾਏ ਉਹਨਾਂ ਨੇ ਕਿੰਨਾ ਨੇ ਉਹਨਾਂ ਨੇ ਉਹਨਾਂ ਨੇ ਕਫਨ ਪਾਇਆ ਜਾਂ ਲੱਭ ਲਿਆ ਮੁਰਦੇ ਕੱਪੜੇ ਪਾਏ ਉਹਨਾਂ ਨੇ ਗੱਲਾਂ ਕਰਨ ਡੇ ਇਹਦੀ ਸੁਲਾ ਕਰ ਰਿਹਾ ਭਾਈ ਉਹ ਮੈਂ ਨਹੀਂ ਭਾਈ ਸੁਲਾ ਕਰਨੀ ਤੂੰ ਕਿੱਦਾਂ ਦੀ ਯਾਰ ਕਰਨੀ ਮੇਰੇ ਵੱਲੋਂ ਜਵਾਬ ਆ ਕਿਸੇ ਦੀ ਧੀ ਭੈਣ ਬਸ ਹੁਣ ਕਾਗਜ਼ ਤੁਹਾਡੇ ਘਰ ਪਹੁੰਚ ਜਾਣਗੇ ਦਿਨ ਉੱਪਰੇ ਚੱਲ ਚੱਲ ਪਰੇ ਤੇਰੇ ਨਾਲ ਮੂੰਹ ਵਾਲ ਵੇਖੀ ਜਾਣ ਡਿਆ ਤੈਨੂੰ ਕੁਰਸੀ ਦਵਾ ਮੈਂ ਉਹ ਤੇਰੀ ਤਬੀਅਤ ਠੀਕ ਆ ਨਹੀਂ ਆਉਣ ਤਾਂ ਦੇ ਤੈਨੂੰ ਯਾਰ ਨਹੀਂ ਆਉਣ ਮਿੰਟ ਬਾਅਦ ਕੁਰਸੀ ਦੇ ਦੇ ਆਪਣੀ ਲਾਸ਼ ਵੇ ਤੇਰੀ ਅਕਲ ਪਤਾ ਨਹੀਂ ਕਿਤੇ ਘਾ ਖਾਣ ਗਈ ਆ ਨਾ ਕੁਰਸੀ ਤੈਨੂੰ ਤੂੰ ਤੈਨੂੰ ਹੋਰ ਨਜ਼ਰ ਹੀ ਨਹੀਂ ਆਉਂਦੀ ਕਿਤੇ ਉੱਥੇ ਬਹਿ ਜਾ ਹਰ ਬੰਦੇ ਨੂੰ ਕੁਰਸੀ ਦੀ ਪਈ ਆ ਜਾ ਉੱਥੇ ਮੰਜੇ ਤੇ ਬਹਿ ਜਾ ਜਾ ਕੇ ਜਿਹੜਾ ਤੂੰ ਫਰਾਕ ਪਾਇਆ ਆ ਵਿਚਾਰੇ ਕਿੰਨੇ ਬੰਦੇ ਨੇ ਹੈ ਕਿੰਨੇ ਬੰਦੇ ਆਣ ਜਲੂਸ ਆਉਣ ਡਿਆ ਤੂੰ ਰੋਟੀ ਦਾ ਕਹਿਣਾ ਤੈਨੂੰ ਕਾਹਦੀ ਟੈਨਸ਼ਨ ਨਹੀਂ ਕਹਿਣਾ ਬੰਦੇ ਆਉਣ ਡਿਆ ਆਉਣ ਨਹੀਂ ਬੰਦੇ ਆਉਣ ਡਿਆ ਆ ਜਾਣਗੇ ਕੋਈ ਯਾਰ ਆਉਣਾ ਹੁੰਦਾ ਹੁਣ ਨੂੰ ਆ ਨਾ ਜਾਂਦੇ ਯਾਰ ਸਾਡੇ ਬੰਦੇ ਆ ਲੇਟ ਆਉਣ ਪਹਿਲਾਂ ਉਹ ਤੈਨੂੰ ਤਕਲੀਫ ਕੀ ਕੰਮ ਕੀ ਆ ਉਹਨਾਂ ਨੂੰ ਤੜਨਾ ਹੈ ਉਹਨਾਂ ਨੂੰ ਕੰਮ ਕੀ ਦਾ ਤੈਨੂੰ ਸਾਡੇ ਨਾਲ ਕੀ ਕੰਮ ਆ ਤੂੰ ਲੈਵੇਂ ਸਾਡਾ ਰਿਸ਼ਤੇਦਾਰ ਬਣਿਆ ਹੱਦ ਹੋ ਗਈ ਹੈ ਵੀ ਉਹਨੂੰ ਭਾਈ ਸੁਲਾ ਕਰ ਉਹ ਸੁਲਾ ਭਾਈ ਮੈਂ ਕੋਈ ਯਾਰ ਇਹ ਬੰਦਾ ਕੀ ਹੈ ਉਹ ਮੈਨੂੰ ਕੀ ਪੁੱਛਣ ਨੇ ਤੁਹਾਡਾ ਹੀ ਕੋਈ ਜੀ ਲੱਗਦਾ ਹੈ ਵੀ ਮੈਨੂੰ ਚਾਹੁੰਦਾ ਕੀ ਹੈ ਭਾਈ ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਕੁਰਸੀ ਦੇ ਦਿਓ ਤੈਨੂੰ ਕੁਰਸੀ ਕਿਉਂ ਦਈਏ ਅਸੀਂ ਉਹਨਾਂ ਦੇ ਕੋਈ ਰਿਸ਼ਤੇਦਾਰ ਨੇ ਤੁਹਾਡੇ ਕਿ ਦੋਸਤ ਨੇ ਜਿਹੜੇ ਆਉਂਦੇ ਆ ਤੂੰ ਭਾ ਮੈਨੂੰ ਇਹ ਦੱਸ ਤੈਨੂੰ ਕੋਈ ਤੰਗੀ ਹੈ ਮਤਲਬ ਉਹ ਸਾਡੇ ਦੋਸਤ ਹੋਣੀਆਂ ਰਿਸ਼ਤੇਦਾਰ ਹੋਣ ਤੈਨੂੰ ਕਿਹਾ ਕਿ ਦੋ ਬੰਦੇ ਆ ਰਹੇ ਉਹਨਾਂ ਨੇ ਬਹਿਣਾ ਤੇ ਗੱਲ ਮੁਕਾ ਜਾ ਕੇ ਉੱਥੇ ਕੁਰਸੀ ਲੈ ਜਦ ਕੋ 200 ਦਾ ਲੈਣਦੇ ਆ ਅਸੀਂ ਇੱਥੇ ਅੱਲਾ ਵਾਸਤੇ ਨਹੀਂ ਬੈਠੇ ਅਸੀਂ 8 ਚਾਹਾਂ ਪੀ ਗਏ ਆ ਜਦੋਂ ਦੇ ਬੈਠੇ ਆ ਤੇ 8 ਚਾਹਾਂ ਪੀ ਗਏ ਉਹ ਆਏ ਤਾਂ ਹੈ ਨਹੀਂ ਤੇ ਆ ਜਾਣਗੇ ਹੱਦ ਹੋ ਗਈ ਯਾਰ ਤੁਸੀਂ ਭਾਜੀ ਸ਼ਾਮ ਨੂੰ ਟਰੱਕ ਲਿਆ ਕੇ ਸਮਾਨ ਚੱਕੋ ਬਸ ਉਹ ਟਰੱਕ ਮੈਂ ਨਹੀਂ ਲੈ ਕੇ ਜਾਣਾ ਸਮਝ ਲੱਗੀ ਗੱਲ ਮੁਕਾਬਰ ਅਸੀਂ ਇਹ ਕੰਮ ਨਹੀਂ ਕਰਦੇ ਉਸੇ ਰਕਸ਼ੇ ਤੇ ਤਾਂ ਨਹੀਂ ਆਉਣਾ ਇੱਕ ਰਕਸ਼ਾ ਆਉਣ ਡਿਆ ਆ ਮੈਨੂੰ ਆ ਕੁੜੀ ਵਾਲੇ ਚੋਂ ਲੱਗਦਾ ਉਹ ਵੀ ਮੈਨੂੰ ਪਾਗਲ ਟੱਕਰੇ ਇਹ ਵੀ ਪਾਗਲ ਟੱਕਰ ਗਿਆ ਤੈਨੂੰ ਸਾਰੇ ਪਾਗਲ ਟੱਕਰਦੇ ਤੂੰ ਵੀ ਵਕੀਲ ਆ ਤੂੰ ਹੀ ਕੇਸ ਲੜਦਾ ਲੋਕਾਂ ਦੇ ਤੂੰ ਹੀ ਕੇਸ ਲੜਦਾ ਲੋਕਾਂ ਦੇ ਬਹੁਤ ਸਮਝਦਾ ਲੜਦਾ ਲੋਕਾਂ ਦੇ ਦੋ ਬੰਦੇ ਤੁਰੇ ਆ ਜਾ ਪਰੇ ਚੱਲ ਜਾ ਮੈਂ ਕਿਹਾ ਦੇਖੀ ਉਹ ਆ ਜਿਹੜੇ ਦੋ ਤੁਰੇ ਆਉਂਦੇ ਤੈਨੂੰ ਕੀ ਤਕਲੀਫ ਕੀ ਆ ਤੈਨੂੰ ਉਹਨਾਂ ਨਾਲ ਦੱਸ ਮੈਨੂੰ ਓਏ ਆਉਣ ਨਾ ਆਉਣ ਤੈਨੂੰ ਕੀ ਤਕਲੀਫ 5 ਸਾਲਾਂ ਹੀ ਤੁਸੀਂ ਜਲੀਲ ਕਰ ਉਹ ਬੰਦੇ ਆਉਂਦਾ ਆ ਉਹ ਕੁਰਸੀ ਛੱਡੋ ਪਾਗਲਾ ਉਹ ਪਾਗਲਾ ਇਹ 200 ਦੀ ਆਦਤ ਬੁਲਾ ਦਰਾ ਕੀ ਗੱਲ ਆ ਤੈਨੂੰ ਨਹੀਂ ਕਿੱਥੇ ਆਉਂਦਾ ਆ ਨਹੀਂ ਕੀ ਗੱਲ ਕੀ ਆ ਤੈਨੂੰ ਤੂੰ ਕਿੱਦਾਂ ਹਟਣਾ ਆ ਦੋ ਉਹ ਹਟਣਾ ਕਿੱਦਾਂ ਤੂੰ ਨਹੀਂ ਨਹੀਂ ਕਿੱਥੇ ਮੈਨੂੰ ਦਿਖਾ ਕਿੱਥੇ ਆਉਂਦਾ ਜਾ ਜਾ ਰਹਾ ਜਾ ਕੇ ਦੇਖ ਲੈ ਕਿ ਠਹਿਰ ਗਿਆ ਜੀ ਦਫਨਾ ਦੇਣਾ ਅਸੀਂ ਜੇ ਅਸੀਂ ਨਹੀਂ ਜਾਣਦੇ ਜਿਹੜਾ ਬੰਦਾ ਗੱਡੀ ਤੇ ਲੰਘਿਆ ਉਹਨੂੰ ਕੋ ਗਲਜਾਰ ਤੇ ਮਜੀਦ ਕਿਹੜਾ ਜਿਹੜੇ ਦੋ ਹੋਏ ਉਹਨਾਂ ਨੂੰ ਫੜ ਕੇ ਲੈ ਗਿਆ ਮੈਂ ਚੌਕ ਮੈਨੂੰ ਉਹਨਾਂ ਦੇ ਕੱਪੜੇ ਕੁਪੜੇ ਦੱਸੋ ਮੈਂ ਦੇਖ ਕੇ ਆਉਣਾ ਕਿ ਆਉਂਦੇ ਆਉਂਦੇ ਪਏ ਕਿ ਨਹੀਂ ਕੱਪੜੇ ਦੱਸੋ ਵੀ ਤੂੰ ਧੋਣੇ ਆ ਕੱਪੜੇ ਉਹਨਾਂ ਦੇ ਨਹੀਂ ਮੈਨੂੰ ਦੱਸੋ ਜੇ ਤੇ ਆਉਂਦੇ ਪਏ ਤੇ ਠੀਕ ਹੈ ਤੇ ਕੁਰਸੀ ਦਿਓ ਓ ਯਾਰ ਅਸੀਂ ਉਹਨਾਂ ਦੇ ਘਰ ਜਾ ਕੇ ਕੱਪੜੇ ਬਦਲਵਾ ਕੇ ਆਏ ਹੁਣ ਪਤਾ ਨਹੀਂ ਉਹਨਾਂ ਨੇ ਕਿਹੜੇ ਕੱਪੜੇ ਚ ਆਉਣਾ ਕੱਤੇ ਆਉਂਦੇ ਹੈ ਕੱਤੇ ਮੋਟਰਸਾਈਕਲ ਤੇ ਹੈ ਓ ਐਡੇ ਤੇ ਵੱਡੀ ਕੁਰਸੀ ਤੋਂ ਨਹੀਂ ਲੜੀ ਲੜਦੇ ਹਕੂਮਤ ਵਾਲੇ ਜਿੰਨੇ ਤੂੰ ਸਾਡੇ ਨਾਲ ਲੜੀ ਜਾਣ ਡਿਆ ਹੱਦ ਹੋ ਗਈ ਹੈ ਤੁਸੀਂ ਆ ਨਾ ਭਾਜੀ ਸਮਾਨ ਚੁੱਕੋ ਮੈਂ ਸਮਾਨ ਨਹੀਂ ਚੁੱਕਣਾ ਕੁੜੀ ਪਹੁੰਚ ਗਈ ਤੁਹਾਡੇ ਘਰ ਉੱਪਰੇ ਚੱਲ ਜਾ ਓਏ ਤੇ ਚੱਲ ਜਾ ਮੇਰੀ ਤੇ ਸਲਾਹ ਕਰਾ ਪਰੇ ਚੱਲ ਜਾ ਇਹਦੇ ਕੋਲੋਂ ਸਮਾਨ ਉਹਦਾ ਚੁਕਵਾ ਦਵਾਂ ਜਿੱਡਾ ਇਹ ਕਾਲਾ ਵਾ ਓ ਯਾਰ ਕੁਰਸੀਆਂ ਤੇ ਕੀ ਗੱਲ ਤੇਰਾ ਨਾਂ ਲਿਖਿਆ ਤੇ ਭਾਈ ਨਾ ਮੇਰੀ ਗੱਲ ਸੁਣੋ ਮੈਨੂੰ ਚਾਹੀਦੀ ਹੈ ਕੁਰਸੀ ਓਏ ਦੱਸੋ ਤੂੰ ਚਾਹਣਾ ਕੀ ਹੈ ਕੀ ਗੱਲ ਹੈ ਤੈਨੂੰ ਕੁਰਸੀ ਚਾਹੀਦੀ ਕੁਰਸੀ ਨਹੀਂ ਹੈਗੀ ਯਾਰ ਤੁਸੀਂ ਕੁਰਸੀ ਤੁਸੀਂ ਇਹ ਤੁਹਾਡੀਆਂ ਨਹੀਂ ਹੈਗੀਆਂ ਹੋਟਲ ਵਾਲਿਆਂ ਨੇ ਆ ਉਹ ਹੋਟਲ ਵਾਲਿਆਂ ਨੂੰ ਜਾ ਬੁਲਾ ਲਿਆ ਉਹਨੂੰ ਕਿ ਲੈ ਸਕਦਾ ਤੁਸੀਂ ਮੈਨੂੰ ਕਹਿਣ ਦੇ ਤੇਰਾ ਕੋਈ ਹੋਰ ਵਾਕਫ ਨਹੀਂ ਹੈਗਾ ਯਾਰ ਤੂੰ ਜਾ ਕੇ ਮੰਜੇ ਤੇ ਬੈਠ ਜਾ ਉਹ ਬੰਦੇ ਕੁਰਸੀਆਂ ਤੇ ਬੈਠੇ ਗੋਭੀ ਲੱਗੀ ਆ ਤੁਸੀਂ ਐਵੇਂ ਗੇੜਾ ਦੇਣ ਦੇ ਬੰਦੇ ਆਉਂਦੇ ਕਿੱਥੇ ਆਉਂਦੇ ਗੇੜਾ ਦੇਣ ਦੇ ਗੇੜਾ ਤੂੰ ਬੜੇ ਸਾਡੇ ਕੋ ਪੈਸੇ ਲੈਣੇ ਤੈਨੂੰ ਗੇੜਾ ਦੇਣ ਦਾ ਉਹ ਜਿਹੜੇ ਦੋ ਬੰਦੇ ਮੋਟਰਸਾਈਕਲ ਤੇ ਆਉਂਦੇ ਉਹ ਆ ਦੇਖੀ ਰੇਟ
ਇਹਨੂੰ ਦਿਖਾ ਲਾ ਇਹ ਯਾਰ ਬੰਦਿਆਂ ਨੇ ਤੇਨਾਂ ਕੀ ਜ਼ੁਲਮ ਕੀਤਾ ਜਿਹੜੇ ਤੂੰ ਬੰਦੇ ਹੀ ਵੇਖੀ ਜਾਂਦਾ ਸਾਡੇ ਬੰਦੇ ਸਾਡੇ ਮਿਲਣ ਵਾਲੇ ਆ ਤੇ ਤੂੰ ਕਹਦੇ ਆ ਵੀ ਇਹ ਕਹੀ ਜਾਂਦਾ ਵੀ ਉਹ ਆ ਰਹੇ ਤੇ ਆ ਰਹੇ ਤੈਨੂੰ ਮੈਂ ਕਿਹਾ ਵੀ ਸੀ ਉੱਥੇ ਫੱਟੇ ਤੇ ਬਹਿ ਕੇ ਗੱਲ ਕਰ ਲਈਏ ਉੱਥੇ ਜਾ ਕੇ ਪੀਨੇ ਚਾਹ ਉੱਥੇ ਜਾ ਕੇ ਪੀਨੇ ਚਾਹ ਤੇ ਮੈਂ ਕਿਹਾ ਮੈਂ ਕੁੱਤਾ ਆ ਵੀ ਫੱਟੇ ਥੱਲੇ ਵੜ ਕੇ ਮੈਂ ਬਹਿ ਜਾ ਇਹ ਜਾਵੇਗਾ ਉਹ ਵੇਖ ਕੁਰਸੀ ਕਿੱਦਾਂ ਲੈ ਜਾਂਦਾ ਇਹ ਹਜੇ ਤੱਕ ਰੁਪਈਆ ਨਹੀਂ ਇਹਨੇ ਵਟਾਇਆ ਹੈਗਾ ਐਡਾ ਅਮੀਰ ਤੂੰ ਭਾਈ ਚਾਹਣਾ ਕੀ ਹੈ ਸਾਡੇ ਤੋਂ ਸਾਡੇ ਨਾਲ ਪੰਗਾ ਲੈਣਾ ਚਾਹਣਾ ਕੋਈ ਉਹ ਯਾਰ ਇਧਰੋਂ ਕੀ ਗੱਲ ਆ ਕੋਈ ਲਾਸ਼ ਆਉਣ ਡਈ ਆ ਵੇਖੀ ਜਾਂਦਾ ਨਹੀਂ ਆ ਰਹੇ ਨਹੀਂ ਆ ਰਹੇ ਫੇਰ ਉਹਨਾਂ ਨੇ ਇਧਰੋਂ ਆਉਣਾ ਵਾ ਇਧਰੋਂ ਹਾਂ ਨਹੀਂ ਇਧਰੋਂ ਵੀ ਨਹੀਂ ਆ ਰਹੇ ਓ ਯਾਰ ਨਹੀਂ ਆ ਰਹੇ ਤੂੰ ਸਾਡੇ ਨਾਲ ਕੀ ਕਰਨਾ ਚਾਹੁੰਦਾ ਦੱਸ ਮੈਨੂੰ ਨਹੀਂ ਤੁਸੀਂ ਇਹ ਫੇ ਕਿਉਂ ਕਹਿ ਰਹੇ ਜਾਂ ਤਾਂ ਤੁਸੀਂ ਕਹੋ ਕਿ ਨਹੀਂ ਆ ਰਹੇ ਉਹ ਵੀ ਜੋ ਅਸੀਂ ਕਹੀਏ ਨਹੀਂ ਆ ਰਹੇ ਮਹਿਮਾਨ ਹੈ ਸਾਡੇ ਉਹ ਪਤਾ ਨਹੀਂ ਨਾ ਇਧਰੋਂ ਆ ਰਹੇ ਨਾ ਇਧਰੋਂ ਆ ਰਹੇ ਇਧਰੋਂ ਨਹੀਂ ਆ ਰਹੇ ਤੈਨੂੰ ਯਾਰ ਆ ਜਾਣਗੇ ਨਹੀਂ ਮੈਂ ਤੁਹਾਨੂੰ ਪੁੱਛ ਰਿਹਾ ਕਿ ਤੋ ਕੁਰਸੀ ਦੇ ਦਿਓ ਤੁਸੀਂ ਮੈਨੂੰ ਕਹਿ ਰਹੇ ਸਾਡੇ ਮਹਿਮਾਨ ਆ ਰਹੇ ਆਹੋ ਜਿੰਨੀ ਦੇਰ ਹੋ ਗਈ ਤੁਹਾਡੀ ਮੇਰੀ ਬਹਿਸ ਹੁੰਦਿਆਂ ਨੂੰ ਹੁਣ ਨੂੰ ਆ ਨਾ ਜਾਂਦੇ ਉਹ ਪਤਾ ਨਹੀਂ ਤੇਰੀ ਬਹਿਸ ਸੁਣ ਕੇ ਕਿਤੇ ਲੁਕੇ ਆ ਕਿ ਆ ਕਿਤੇ ਪਾਗਲ ਪਰੇ ਹੋਵੇ ਤੇ ਅਸੀਂ ਜਾਈਏ ਪਰ ਨਹੀਂ ਆ ਰਹੇ ਨਹੀਂ ਆ ਰਹੇ ਨਹੀਂ ਆ ਰਹੇ ਨਾ ਅਸੀਂ ਹਾਂ ਨਹੀਂ ਆ ਰਹੇ ਤਾਂ ਫਿਰ ਮੈਂ ਕੁਰਸੀ ਲੈ ਜਾਣਾ ਓਏ ਇਹਨੂੰ ਛੱਡ ਤੇਰਾ ਭਾਣਜਾ ਆ ਮਿੰਟ ਕ ਬਾਅਦ ਚੁੱਕੀ ਜਾਂਦੇ ਆ ਇਹ ਤੇਰੀ ਬੰਦੂਕ ਆ ਜਿਹੜਾ ਤੂੰ ਵਸਾ ਨਹੀਂ ਖਾਣਾ ਮਿੰਟ ਕ ਬਾਅਦ ਚੁੱਕ ਤੁਰ ਪੈਂਦਾ ਤੂੰ ਨਹੀਂ ਤੁਸੀਂ ਦੋ ਬੰਦੇ ਆ ਤੇ ਚਾਰ ਕੁਰਸੀਆਂ ਕਿਉਂ ਸਾਂਭੀਏ ਜ਼ਖਮੀ ਆ ਅੱਠ ਕੁਰਸੀਆਂ ਜ਼ਖਮੀ ਆ ਤੇ ਦੱਸ ਦੇ ਤੇਰੇ ਸੱਟ ਮਾਲਕ ਆਣ ਕੇ ਕਹਿਣ ਤੂੰ ਕੌਣ ਹੁੰਨਾ ਨਹੀਂ ਤਾਂ ਦੋ ਕੁਰਸੀਆਂ ਤੇ ਬੈਠੋ ਇੱਕ ਮੈਨੂੰ ਦਿਓ ਅਸੀਂ ਚੌਹ ਤੇ ਬਹਿਣਾ ਸਾਡੀ ਮਰਜ਼ੀ ਆ ਔਰ ਜਾਂ ਚਲ ਜਾ ਜਾਂ ਚਲ ਜਾ ਤੂੰ ਕਿਸੇ ਨੂੰ ਆਵਾਜ਼ ਨਹੀਂ ਦੇ ਕਿਸੇ ਪਾਸੇ ਉੱਧਰ ਪਾ ਹੋਣੀ ਨਹੀਂ ਡਿਆ ਤੂੰ ਵੀ ਇੱਥੇ ਮਰ ਜਾ ਕਿਤੇ ਉੱਥੇ ਬੈਠੇ ਚੰਗੇ ਭਲੇ ਉੱਥੇ ਚੱਲੀਏ ਉੱਥੇ ਚੱਲੀਏ ਉਹ ਚੰਗੇ ਭਲੇ ਸੀ ਖਾਲੇ ਤੇ ਬੈਠੇ ਸੀ ਖਾਲੇ ਤੇ ਬੈਠੇ ਸੀ ਬਿਡੇ ਮੂ ਤੇਰੇ ਬਹਿਣ ਤੇ ਅੱਲਾ ਦੀ ਕਸਮੇ ਮੈਂ ਇੱਧਰ ਵੀ ਦੇਖ ਲਿਆ ਉੱਧਰ ਵੀ ਦੇਖ ਲਿਆ ਉਹ ਨਹੀਂ ਆ ਰਹੇ ਉਹ ਯਾਰ ਨਹੀਂ ਆ ਰਹੇ ਤੇ ਤੂੰ ਕਿਸੇ ਪਾਸੇ ਚੱਲ ਜਾ ਯਾਰ ਮੋਟਰਸਾਈਕਲ ਆ ਗਈ ਦੇਖੋ ਹਾਂਜੀ ਜਾ ਲੈ ਜਾ ਕੇ ਉਹਨਾਂ ਨੂੰ ਆਓ ਮੇਰੇ ਨਾਲ ਦੱਸ ਦੇ ਨਾ ਉਹ ਕਿੱਥੇ ਆ ਤੇਰੇ ਨਾਲ ਮੈਂ ਚੌਕ 'ਚ ਜਾ ਕੇ ਦੇਖ ਕੇ ਉਹਨਾਂ ਕਿ ਆ ਰਹਾ ਹੈ ਕਿ ਨਹੀਂ ਆ ਰਹਾ ਅੱਜ ਦੇਖ ਗਿਆ ਕੰਮ ਕਰ ਜਾ ਆ ਗਿਆ ਆਪਣਾ ਤੂੰ ਕਿਹੜਾ ਸਾਨੂੰ ਰੰਡੀ ਰੋਣਾ ਪਾਤਾ ਤੁਸੀਂ ਅੱਜ ਆਣ ਕੇ ਨਾ ਆਪਣਾ ਸਮਾਨ ਚੱਕੋ ਕੁੜੀ ਪਹਿਲਾਂ ਹੀ ਤੁਹਾਡੇ ਘਰ ਆ ਗਈ ਮੈਂ ਸਮਾਨ ਚੁੱਕਾ ਮੈਂ ਕਰਾਇਆ ਦਿੱਤਾ ਮਕਾਨ ਓ ਯਾਰ ਤੂੰ ਹੀ ਰਿਸ਼ਤਾ ਕਰਾਇਆ ਤੂੰ ਆਪ ਹੀ ਆ ਕੇ ਲੈ ਜਾਣਗੇ ਆਪੇ ਹੀ ਆ ਕੇ ਲੈ ਜਾਣਗੇ ਜੁੱਤੀਆਂ ਮਾਰਨਗੇ ਪਰੇ ਹੋ ਜਾ ਪਰੇ ਹੋ ਜਾ ਜਾਂ ਚੱਲ ਜਾ ਕੱਟ ਦਫਾ ਹੋ ਜਾ ਇਹਨੂੰ ਨਹੀਂ ਆ ਰਹੇ ਤੂੰ ਜਿਹੜਾ ਵੀ ਮੈਨੂੰ ਕਿਤੇ ਨਾ ਕਿਤੇ ਲੈ ਗਿਆ ਕੋਈ ਨਾ ਕੋਈ ਕੰਮ ਪਿਆ ਓ ਕੀ ਗੱਲ ਆ ਕੀ ਗੱਲ ਆ ਜਾ ਕੰਮ ਕਰ ਜਾ ਕੇ ਆਪਣਾ ਹੱਦ ਹੋ ਗਈ ਆ ਵੀ ਆ ਰਹੇ ਨੇ ਜੀ ਆ ਰਹੇ ਤੇਰੀ ਜਾਨ ਕੱਢਣ ਆ ਰਹੇ ਆ ਤੇਰਾ ਪਤਾ ਲੈਣ ਆ ਰਹੇ ਵੀ ਤੂੰ ਕੋਠੇ ਤੋਂ ਡਿੱਗ ਪਿਆ ਆ ਤੇਰੇ ਗਿੱਟੇ ਚੜ ਗਏ ਤਾਂ ਤੇਰਾ ਪਤਾ ਲੈਣ ਆ ਰਹੇ ਆ ਜਦੋਂ ਵੀ ਮੈਂ ਤੇਰੇ ਨਾਲ ਜਾ ਚੱਲ ਜਾ ਸਾਨੂੰ ਇਹ ਲੈਦਾ ਲੱਗਦਾ ਵੀ ਆ ਵੀ ਦਰਖਤ ਹੀ ਆ ਥੱਲੇ ਖਲਾ ਰਿਹਾ ਛਿੰਝ ਪਈ ਆ ਛਿੰਝ ਪਈ ਆ ਤੁਸੀਂ ਤਾਂ ਅੱਕੇ ਲੱਗਦੇ ਆ ਓ ਯਾਰ ਤੇ ਅਸੀਂ ਅੱਕੇ ਆ ਕੇ ਤਾਂ ਕੰਮ ਕਰ ਜਾਂਦੇ ਬੈਣ ਬੈਣ ਹੀ ਕਰੀ ਜਾਂਦਾ ਐਵੇਂ ਝੂਠ ਹੀ ਮਾਰੀ ਜਾਂਦੇ ਆ ਕਿ ਦੋਸਤ ਆ ਰਹੇ ਤੂੰ ਬਹੁਤ ਸੱਚ ਦੇ ਨੂਰ ਤੇਰੇ ਲਮਕਣ ਡਿਆ ਆ ਤੇਰੇ ਚਿਹਰੇ ਦੇ ਨੂਰ ਆ ਬਹੁਤ ਸੱਚ ਮੈਂ ਨਾਸਾ ਫਲਾ ਫਲਾ ਕੇ ਭਾਈ ਕੱਲੀ ਗੱਲਾਂ ਕਰਨੇ ਆ ਨਹੀਂ ਆ ਰਿਹਾ ਭੈਣ ਨਹੀਂ ਆ ਰਿਹਾ ਤੇ ਤੂੰ ਤਾਂ ਚੱਲ ਜਾ ਪਰੇ ਤੂੰ ਤਾਂ ਚੱਲ ਜਾ ਜੋ ਨਹੀਂ ਆ ਰਿਹਾ ਤਾਂ ਸਮਾਨ ਮੈਂ ਨਹੀਂ ਲੈਣ ਜਾਣਾ ਜਿਹੜਾ ਜਿਹੜਾ ਸਮਾਨ ਹੈਗਾ ਆਪੀ ਉਹ ਲੈ ਕੇ ਜਾਏਗਾ ਕੁਰਸੀਆਂ ਨਾ ਬਾਹੇ ਤੋਂ ਚੱਕੇ ਹਾਂ ਗੱਲਾਂ ਕਰ ਰਹੇ ਆ ਮੈਂ ਤੈਨੂੰ ਜਿਹੜੀ ਗੱਲ ਕਹਿਣੀ ਜਿਹੜੀ ਤੂੰ ਕਹਿਤੀ ਆ ਮੈਨੂੰ ਮੁਕਾ ਆ ਤੂੰ ਕਿੱਧਰ ਜਾਈ ਜਾਂਦਾ ਕੁਰਸੀ ਰੱਖ ਕੇ ਲੈ ਕੇ ਕੀ ਗੱਲ ਤੈਨੂੰ ਪਤਾ ਨਹੀਂ ਲੱਗਣ ਦੇ ਹੈਗਾ ਕੁਰਸੀ ਰੱਖ ਇੱਥੇ ਮਾਲਕ ਤੁਸੀਂ ਕੁਰਸੀ ਦੇ ਕੁਰਸੀ ਰੱਖ ਇੱਥੇ ਤੂੰ ਮਾਲਕ ਹੈ ਇੱਥੇ ਕੁਰਸੀਆਂ ਦਾ ਤੈਨੂੰ ਕੋਈ ਫੜੇ ਉਹ ਭਾਈ ਉਹ ਹੈਲੋ ਉਹ ਛੱਡ ਕੁਰਸੀ ਤੇ ਛੱਡ ਲੈ ਆ ਮੇਰੀ ਉੱਥੇ ਬੜੀ ਵਾਕਫੀਅਤ ਆ ਜਾ ਤੈਨੂੰ ਚਾਹ ਪਿਆ ਮੈਂ ਬੜੀ ਇੱਜ਼ਤ ਆ ਇੱਥੇ ਬੰਦੇ ਆਣ ਡਏ ਆ ਕੌਣ ਆ ਗਿਆ ਇੱਥੇ ਬੰਦੇ ਨੂੰ ਪਤਾ ਨਹੀਂ ਇਹਨੇ ਕੁਰਸੀਆਂ ਕਿੱਥੇ ਲੈ ਜਾਣੀਆਂ ਸੀ ਇਹਨੇ ਕੁਰਸੀਆਂ ਕਿੱਥੇ ਲੈ ਜਾਣੀਆਂ ਸੀ ਇਹਨੇ ਅਸਲਾਮੁਅਲੈਕਮ ਜੀ ਤੁਸੀਂ ਕੀ ਗੱਲ ਇੰਨੀ ਦੇਰ ਲਾਤੀ ਅੰਦਰ ਹੋ ਗਏ ਸੀ ਉੱਥੇ ਕਰੀ ਜਾਣੇ ਆ ਤੁਸੀਂ ਦੱਸੋ ਜਗ੍ਹਾ ਕਿੱਥੇ ਬਹਿਣ ਪਈ ਜਗ੍ਹਾ ਕਿੱਥੇ ਬਹਿਣੀ ਜਗ੍ਹਾ ਤੈਨੂੰ ਬਾਹਾਂ ਕਿਸੇ ਦੀ ਆਉਂਦੇ ਸੀ ਤੁਹਾਨੂੰ ਕਿਹੜੇ ਟਾਈਮ ਦਾ ਫੋਨ ਹੁਣ ਕਿੱਥੇ ਤੁਸੀਂ ਇੰਨੇ ਫੋਨ ਕੀਤੇ ਤੁਸੀਂ ਫੜੇ ਗਏ ਸੀ ਉੱਥੇ ਸਾਨੂੰ ਅੱਧਾ ਘੰਟਾ ਹੋ ਗਿਆ ਨੇ ਜਾਣ ਨਹੀਂ ਛੱਡੀ ਸਾਡੀ ਅਸੀਂ ਕੁਰਸੀਆਂ ਸੰਭਾਲ ਕੇ ਰੱਖੀਆਂ ਪੁੰਜੇ ਬਹਿ ਜਾਓ ਇਹਨਾਂ ਨੂੰ ਸ਼ਾਮ ਨੂੰ ਲਿਆ ਆਪਣਾ ਸਮਾਨ ਚੱਕੋ ਮੈਂ ਤੁਹਾਨੂੰ ਦੱਸ ਦਵਾਂ ਉਹ ਤਾਂ ਸਾਰੇ ਤੇ ਬਿਠਾ ਇਹਨਾਂ ਨੂੰ ਹਲੋ ਇਹਨਾਂ ਨੂੰ ਇੱਜ਼ਤ ਰੱਖ ਨਹੀਂ ਆ ਕੁਰਸੀ ਦੇ ਚਲ ਪਰੌਣੇ ਆਏ ਆ ਓ ਹਲੋ ਕੁਰਸੀ ਦੇ ਦੇ ਓਏ ਓ ਪੀਰ ਮਰਦਾ ਗੰਨਾ ਹੁੰਦਾ ਕੁਰਸੀ ਦੇ ਮਹਿਮਾਨ ਆਏ ਕੰਮ ਸੇ ਕੰਮ ਤੁਹਾਡਾ ਹੋਣ ਦਾ ਬਣਦਾ ਸੀ ਟਾਈਮ ਜਿਹੜੇ ਟਾਈਮ ਇੱਥੇ ਬਹਿ ਜਾ ਹੁਣ ਕਰਨਾ ਹੈ ਯਾਰ ਗੱਡੀ ਪੈਂਚਰ ਓਏ ਇੱਥੇ ਬਹਿ ਜਾ ਹੁਣ ਕਹਿ ਜੰਨੇ ਇੱਥੇ ਹੁਣ ਕੁਰਸੀਆਂ ਦੇ ਹੈ ਨਹੀਂ ਗੱਲਾਂ ਕਰਨ ਆਏ ਆ ਡੱਬ ਕੇ ਮਰ ਜਾ ਆ ਡੱਬ ਕੇ ਮਰ ਜਾ ਲੈ ਜਾ ਜਾਇ ਦੇ ਉੱਤੇ ਡੋਡ ਸੋਡਾ ਰੋੜ ਕੇ ਤੇ ਚੱਟ ਡੋਡ ਸੋਡਾ ਬਿਠਾ ਬਿਠਾ ਝੋਲੀਆਂ ਚ ਬਿਠਾ ਬਿਠਾ ਝੋਲੀਆਂ ਬਿਠਾ ਝੋਲੀਆਂ ਚ ਆ ਲੰਗਾ ਸਟਾਮ ਫਰੋਜ ਬੈਠਾ ਕੋ ਲਿਖਣ ਵਾਲਾ ਕਚਹਿਰੀ ਦੇ ਸਾਹਮਣੇ ਦਰ ਫਿਟੇ ਬੰਦੇ ਦਾ
ਕੱਦ ਵਧਾਇਆ ਅਕਲ ਤੈਨੂੰ ਆਨੇ ਦੀ ਨਹੀਂ ਹੈਗੀ ਹਾਂ ਹਾਂ ਲੱਤਾਂ ਰੱਖ ਲੈ ਪਲਸਤਰ ਲਗਾ ਤੇ ਬੈਠੋ ਬੈਠੋ ਇਦਾਂ ਹੀ ਹੁਣ ਬੈਠੋ ਹਾਂ ਰਿਸ਼ਤੇ ਨੂੰ ਬੈਠਾ ਵੀ ਬੁਰਾ ਲੱਗਦਾ ਬਸ 2 ਘੰਟੇ ਹੋ ਗਏ ਆ ਆ ਚਾਹ ਦਾ ਨਹੀਂ ਕਹਿੰਦਾ ਆ ਤੁਸੀਂ ਦੋਨੋਂ ਦੋ ਦੋ ਬੈਠੇ ਬਹੁਤ ਸੋਹਣੇ ਲੱਗਣ ਰਹੇ ਹੋ ਹੁਣ ਉਹਦੀਆਂ ਗੱਲਾਂ 'ਚ ਨਾ ਲੱਗਾ ਰਹਾ ਬੰਦੇ ਆ ਗਏ ਉੱਥੇ ਚਾਰ ਚਾਵਾਂ ਦਾ ਕਹਿ ਇਹ ਲੱਗਦਾ ਭੁੱਲ ਗਿਆ ਹਾਂ ਚਾਵਾਂ ਦਾ ਕਿੱਥੇ ਕਹਿ ਦੇ ਹਾਂ ਬੋਤਲ ਮੰਗਾ ਲਓ ਫਿਰ ਇੰਨੀ ਨਹੀਂ ਬੋਤਲ ਕਾਹਦੇ ਮੰਗਾ ਲੈ ਤੈਨੂੰ ਕੋਈ ਕੰਮ ਭੇਜਿਆ ਸੀ ਤੈਨੂੰ ਭਾਜੀ ਸੀ ਆਏ ਆ ਅੱਜ ਹੋ ਗਈ ਆ ਜਾ ਚਾਵਾਂ ਦਾ ਕਹਿ ਉਹ ਦੁਰ ਫਿਟੇ ਮੂੰ ਪਾਗਲਾ ਦੁਰ ਫਿਟੇ ਮੂੰ ਦੁਰ ਫਿਟੇ ਮੂੰ ਆ ਪਾਗਲ ਕੱਲਾ ਹੀ ਬੈਠਾ ਆ थले बिठा के इना लत्ता रख लो परे हो जरा ਆ ਕੁਰਸੀ ਦੇ ਕੁਰਸੀ ਨਹੀਂ ਮਿਲਣੀ ਕੁਰਸੀ ਦੇ ਦੇ ਮੈਂ ਤੈਨੂੰ ਕਹਿਣ ਨੇ ਆ ਕੁਰਸੀ ਨਹੀਂ ਮਿਲਣੀ ਭਾਈ ਉਹ ਮਹਿਮਾਨ ਆਏ ਆ ਫਿਰ ਲੈ ਲਵੀਂ ਤੂੰ ਵੀ ਤਾਂ ਇਕੱਲਾ ਹੀ ਬੈਠਾ ਮੇਰੇ ਮਹਿਮਾਨ ਆ ਰਹੇ ਤੇਰੇ ਕਿੱਥੇ ਆ ਰਹੇ ਆ ਉਧਰ ਨੂੰ ਦੇਖੋ ਇਧਰੋਂ ਆ ਰਹੇ ਕਿਧਰੋਂ ਆ ਰਹੇ ਇਧਰ ਤੋਂ ਗੰਨੇ ਵਾਲੀ ਟਰਾਲੀ ਆਉਣ ਦੀ ਤੁਹਾਨੂੰ ਕੀ ਜਿਹੜਾ ਮਰਜ਼ੀ ਆਂਦਾ ਗੰਨੇ ਵਾਲੀ ਟਰਾਲੀ ਹੋ ਸਕਦੀ ਮੇਰੀ ਚਲੋ ਤੁਸੀਂ ਤੇਰੇ ਮਹਿਮਾਨ ਕਿਧਰੋਂ ਆ ਰਹੇ ਇਧਰੋਂ ਆ ਰਹੇ ਕੀ ਪਾਇਆ ਕੀ ਹੈ ਤੇਰੇ ਮਹਿਮਾਨਾਂ ਨੇ ਜੁੱਤੀਆਂ ਪਾਈਆਂ ਆ ਉਹ ਤਾਂ ਇਧਰ ਦੂਰ ਤੱਕ ਚਲੋ ਚਲੋ ਉਧਰ ਜਾ ਕੇ ਬੈਠੋ ਬੰਦਾ ਨਜ਼ਰ ਹੀ ਨਹੀਂ ਆਉਂਦਾ ਦੂਰ ਤੱਕ चलो मेरे मेहमान आ रहे हैं चलो 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 अल्लाह इस पर हाय हाय मजे 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 ओ बेटे मु सादा पानी पी ला एदा घबरा मजे दिल एक कुर्सी ते बैठा है दुए ते लत्ता रखी है मजे मजदूर बैठा मजदूर हां डुब के मर जा डुब के चार बंदे बैठने की भी तड़क जगह बड़िया लत्ता रख के बैठी है डुब के भी नहीं मर सकता तेन पता भी तू फिर अद्धा बाहर ही रहना आप एक चौधरी तरह बैठा है लत्ता उत्ते ने लत्ता तेरी वैसे जाया हो गई है हाँ जी तेरी लत्ता उत्ते रखो कुर्सियां एक दुए दे उत्ते रख लो एक दुए दे उत्ते रख लो एक दुए दे उत्ते रख लो अपनी है ना गल ओनी कर जिनी बर्दाश्त हो मैं तेन दस दवा आहो आहो ਕਿੱਥੇ ਆ ਰਹੇ ਤੇਰੇ ਮਹਿਮਾਨ ਆਏ ਨਹੀਂ ਅਜੇ ਆਉਣ ਨਾ ਆਉਣ ਤੁਸੀਂ ਮਾਮੇ ਲੱਗਦੇ ਆ ਉਹ ਜਿਵੇਂ ਇਹਦਾ ਦੁੱਧ ਸੋਡਾ ਨਹੀਂ ਆਇਆ ਮਹਿਮਾਨ ਇਹਦੇ ਕਿੱਥੋਂ ਆਉਣੇ ਆ ਅੱਧਾ ਘੰਟਾ ਹੋ ਗਿਆ ਦੁੱਧ ਸੋਡੇ ਦਾ ਗਿਆ ਮੈਂ ਤਾਂ ਚਾਹ ਲੈ ਤੋ ਹੈਰਾਨ ਆ ਵੀ ਐਡਾ ਵੱਡਾ ਭਾਈ ਉਹ ਕੋਈ ਕੁਰਸੀਆਂ ਨਹੀਂ ਲੈਣ ਆਉਂਦੇ ਆ ਕੋਈ ਵੀ